ਯੋਗ ਪਲਾਇ ਭਾਗ ਦੁਆਰਾ ਅਤੇ ਪੰਜਾਬ ਯੂਨੀਵਰਸਿਟੀ ਦੇ ਯਤਨਾ ਸਦਕਾ ਅੱਜ ਆਪਾਂ ਇਸ ਪਲੈਟਫਾਰਮ ਅੱਗੇ ਆਏ ਹਾਂ ਕਿ ਸ਼੍ਰੀ ਗੁਰਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪਰਮ ਨੂੰ ਸਮਰਪਤ ਇਹ ਪੋਸ਼ਣ ਪ੍ਰਦੋਗਤਾ ਜੋ ਪ੍ਰੋਗਰਾਮ ਉਲੀਕਿਆ ਗਿਆ ਹੈ ਉਹ ਬੜਾ ਇਸ਼ਲਾਕਾ ਜੋਗ ਉਪਰਾਲਾ ਹੈ ਇਸ ਨਾਲ ਸਭ ਨੂੰ ਅੱਗੇ ਆਨ ਦਾ ਜੋ ਮੌਕਾ ਦਿੱਤਾ ਗਿਆ ਹੈ ਉਸ ਲਈ ਅਸੀਂ ਧੰਨਵਾਦੀ ਹਾਂ ਤੇ ਅੱਜ ਅਸੀਂ ਗੱਲ ਕਰ ਰਹੇ ਹਾਂ ਉਸ ਮਹਾਨ ਸ਼ਖਸੀਅਤ ਦੀ ਜਿਨ੍ਹਾਂ ਨੇ ਸਮਾਜ ਲਈ ਆਪਣਾ ਜੋ ਬਲੀਦਾਨ ਦਿੱਤਾ ਤੇ ਨਾਲ ਹੀ ਜੋ ਸਿੱਖਿਆਵਾਂ ਦਿੱਤੀਆਂ ਅਸੀਂ ਉਹਨੂੰ ਸਿਰਜਦਾ ਕਰਦੇ ਹਾਂ ਸਰਵ ਸਾਂਝੀ ਵਾਲਤਾ ਦਾ ਸੰਦੇਸ਼ ਦੇਣ ਵਾਲੇ ਸਿੱਖ ਧਰਮ ਨੂੰ ਸੰਸਾਰ ਵਿੱਚ ਸਿੱਖਿਆਵਾਂ ਦੇ ਨਾਮ ਤੇ ਅਤੇ ਸੇਵਾਵਾਂ ਦੇ ਨਾਮ ਤੇ ਜਾਣਿਆ ਜਾਂਦਾ ਹੈ ਤੇ ਦੁਨੀਆ ਨੂੰ ਪਤਾ ਵੀ ਹੈ ਕਿ ਕਿਸ ਤਰ੍ਹਾਂ ਉਹਨਾਂ ਗੁਰੂ ਸਾਹਿਬ ਜੀ ਗੁਰੂ ਸਾਹਿਬਾਨਾਂ ਦੀ ਸਿੱਖਿਆਵਾਂ ਤੇ ਚੱਲਦੇ ਹੋયા ਵਕ ਵਕ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਇਸ ਵੇਲੇ ਸਮੁੱਚੀ ਮਾਨਵਤਾ ਵੱਲੋਂ ਸੰਸਾਰ ਭਰ ਵਿੱਚ ਚਾਰਸਵਾਂ ਪ੍ਰਕਾਸ਼ ਦਿਹਾੜਾ ਬਹੁਤ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਤੇ ਇਸ ਤਰ੍ਹਾਂ ਆਪਾਂ ਦੇਖਿਆ ਵੀ ਹੈ ਵਕਫ-ਵਕ ਪ੍ਰੋਗਰਾਮ ਆਯੋਜਿਤ ਵੀ ਕੀਤੇ ਜਾ ਰਹੇ ਹਨ ਤੇ ਅੱਜ ਅਸੀਂ ਉਹਨਾਂ ਦੀਆਂ ਸਿੱਖਿਆਵਾਂ ਦੀ ਗੱਲ ਕਰਨ ਜਾ ਰਹੇ ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਜੋ ਸਿੱਖਿਆਵਾਂ ਨੇ ਸਮਾਜ ਨੂੰ ਦੇਣ ਹੈ ਗੁਰੂ ਸਾਹਿਬ ਜੀ ਆਪਣੀ ਬਾਣੀ ਵਿੱਚ ਦੱਸ ਦਿੰਨ ਗੁਣ ਗੋਵਿੰਦ ਗਾਇਓ ਨਹੀਂ ਜਨਮਕਾਰਤਕੀਨ ਕਹੋ ਨਾਨਕ ਹਰ ਭਜਮਨਾ ਜਹਿ ਮਿਲ ਜਲ ਕੋ ਮੀਨ ਗੁਰੂ ਸਾਹਿਬ ਜੀ ਆਪਣੀ ਬਾਣੀ ਰਾਹੀਂ ਸੰਸਾਰ ਨੂੰ ਮਨੁੱਖਤਾ ਨੂੰ ਕਹਿੰਦੇ ਹਨ ਕਿ ਤੂੰ ਇਸ ਸੰਸਾਰ ਵਿੱਚ ਆ ਕੇ ਉਸ ਪਰਮਾਤਮਾ ਦਾ ਸਿਮਰਨ ਕੀਤਾ ਹੀ ਨਹੀਂ ਭਜਨ ਬਨ ਕੇ ਕੀਤੀ ਨਹੀਂ ਤਾਂ ਤੇਰਾ ਜਨਮ ਵਿਅਰਥ ਹੈ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਮਛਲੀ ਪਾਣੀ ਤੋਂ ਬਿਨਾਂ ਕਿੱਦਾਂ ਤੜਫਦੀ ਹੈ ਉਸ ਲਈ ਮਨੁੱਖ ਨੂੰ ਉਸ ਪਰਮਾਤਮਾ ਦੀ ਭਜਨ ਬੰਦਗੀ ਤੋਂ ਬਿਨਾ ਤੜਫ ਹੋਣੀ ਚਾਹੀਦੀ ਹੈ ਕਿ ਮੈਂ ਉਸ ਪਰਮਾਤਮਾ ਨੂੰ ਯਾਦ ਕਰਾਂ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕਿਸ ਤਰ੍ਹਾਂ ਸਮਾਜ ਨੂੰ ਆਪਣੀ ਬਾਣੀ ਰਾਹੀਂ ਵਿरागਮਈ ਬਾਣੀ ਰਾਹੀਂ ਵਖ-ਵਖ ਸਿੱਖਿਆਵਾਂ ਦਿੱਤੀਆਂ ਕਿ ਇਹ ਮਨੁੱਖਾ ਸ੍ਰੀ ਨਾਸ਼ਵਾਨ ਹੈ। ਅਸੀਂ ਅਥੇ ਜਿਉ ਆਏ ਹਾਂ ਕਿ ਸਾਰਾ ਡੇਰੇ ਨਹੀਂ ਲੱਗੇ ਰਹਿਣੇ ਅਸੀਂ ਵੀ ਇੱਕ ਨਾ ਇੱਕ ਦਿਨ ਆਥੋ ਜਾਣਾ ਹੈ ਗੁਰੂ ਸਾਹਿਬ ਜੀ ਆਪਣੀ ਬਾਣੀ ਰਾਹੀਂ ਮਨੁੱਖਾ ਜੀਵਨ ਨੂੰ ਦੱਸਦੇ ਹਨ ਕਿ ਉਸ ਪਰਮਾਤਮਾ ਦੀ ਭਜਨ ਬੰਦਗੀ ਕਰ ਤਾਂ ਕਿ ਤੇਰਾ ਆਣਾ ਜਾਣਾ ਸਫਲ ਹੋ ਸਕੇ ਗੁਰੂ ਸਾਹਿਬ ਜੀ ਇਸ ਸੰਸਾਰ ਨੂੰ ਛੋੜ ਦਾ ਪਸਾਰਾ ਦੱਸਦੇ ਹਨ ਜਿਸ ਤਰ੍ਹਾਂ ਉਹ ਆਪਣੀ ਬਾਣੀ ਵਿੱਚ ਦੱਸਦੇ ਹਨ ਜਗਰੁਤ ਜਗਰਚਨਾ ਸਭ ਝੂਠ ਹੈ ਜਾਣ ਲਹੋਰੇ ਮੀਤ ਆਪਣੀ ਬਾਣੀ ਰਾਹੀ 10 ਦਿਨ ਇਹ ਸਭ ਜਗ ਝੂਠ ਹੈ ਝੂੜ ਦਾ ਪਸਾਰਾ ਹੈ ਇਹ ਮਨੁੱਖਾ ਸ਼ਰੀਰ ਨਾਸਵਾਨ ਹੈ ਗੁਰੂ ਸਾਹਿਬ ਜੀ ਨੇ ਆਪਣੀ ਵਿਰਾਗਮਈ ਬਾਣੀ ਰਾਹੀਂ ਇੱਕੋ ਇੱਕ ਸੰਦੇਸ਼ ਦਿੱਤਾ ਹੈ ਕਿ ਇਹ ਮਨੁੱਖ ਤੂੰ ਉਸ ਪਰਮਾਤਮਾ ਦਾ ਭਜਨ ਸਿਮਰਨ ਕਰ ਤਾਂ ਕਿ ਤੇਰਾ ਇੱਥੇ ਆਇਆ ਸਫਲਾ ਹੋ ਸਕੇ ਤੇ ਨਾਲ ਹੀ ਸਾਨੂੰ ਗੁਰੂ ਸਹਿਬਾਨਾ ਨੇ ਮਨੁੱਖਾ ਭਲਾਈ ਵੱਲ ਵੀ ਸੰਕੇਤ ਕੀਤਾ ਹੈ ਕਿ ਅਸੀਂ ਦੂਜਿਆਂ ਦੀ ਭਲਾਈ ਕਰੀਏ ਇਸ ਤਰ੍ਹਾਂ ਅਸੀਂ ਦੇਖਿਆ ਹੈ ਵਕ ਵਕ ਐਸੇਲੇ ਵੈਬਿਨਾਰ ਆਯੋਜਿਤ ਕੀਤੇ ਹਨ ਉਹਨਾਂ ਦੇ ਪ੍ਰਕਾਸ਼ ਜਗਨ ਨੂੰ ਸਮਰਪਤ ਤੇ ਉਹਨਾਂ ਮੇਨ ਮਕਸਦ ਇਹੀ ਹੈ ਕਿ ਜੋ ਗੁਰੂ ਸਹਿਬਾਨ ਨੇ ਬਾਣੀ ਰਾਹੀਂ ਸਮਾਨ ਜੋ ਸੰਦੇਸ਼ ਦਿੱਤਾ ਹੈ ਉਹ ਅਸੀਂ ਉਹਨਾਂ ਉਤੇ ਪਦ ਜਿਨ੍ਹਾਂ ਦੇ ਚੱਲਦੇ ਹੋਈ ਅਸੀਂ ਮਨੁੱਖਾਂ ਜੀਵਨ ਨੂੰ ਚਾਰੂ ਸੁਚੱਜਾ ਬਣਾਈਏ ਉਹਨਾਂ ਨੇ ਬਾਣੀ ਰਾਹੀਂ ਇੱਕ ਜਗ੍ਹਾ ਹੋਰ ਵੀ ਕਿਹਾ ਹੈ RAM ਗयो RAVAN ਗयो ਜੱਕ ਵ ਪਰਵਾਹ ਯਾਨੀ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਇੱਥੇ ਰਾਮ ਰਾਵਣ ਕੋਈ ਨਹੀਂ ਰਹਾ ਸਭ ਨੇ ਇੱਥੋਂ ਇੱਕ ਨਾ ਇੱਕ ਦਿਨ ਚਲੇ ਜਾਣਾ ਚਾਹੀਦਾ ਅਸੀਂ ਵੀ ਇੱਥੇ ਜਾਣਾ ਹੈ ਸਦਾ ਲਈ ਨਹੀਂ ਰਹਿਣਾ ਇਸ ਲਈ ਉਸ ਪਰਮਾਤਮਾ ਦੀ ਭਜਨ ਬੰਦਗੀ ਕਰ ਤੇ ਸਾਨੂੰ ਵੀ ਉਹਨਾਂ ਦੀਆਂ ਜਿਹੜੀਆਂ ਗੁਰੂ ਸਾਹਿਬਾਨ ਦੀਆਂ ਜੋ ਸਿੱਖਿਆਵਾਂ ਨੇ ਉਹਨਾਂ ਚੱਲਦੇ ਹੋਇਆ ਅਸੀਂ ਸੱਚੇ ਕੰਮ ਕਰੀਏ ਚੰਗੇ ਕੰਮ ਭਲਾਈ ਦੇ ਕਰੀਏ ਤਾਂ ਕਿ ਸਾਡਾ ਜੀਵਨ ਸਫਲਾ ਹੋ ਜਾਏ ਥੈਂਕ ਯੂ